ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੌਂਗ ਟਾਈਮ ਨੋ ਸੀ ਗਾਇਸ। ਐਕਚੁਅਲ 'ਚ ਚੱਕਰ ਪਤਾ ਕੀ ਹੈ ਯਾਰ, ਮੇਰੇ ਨਾ ਵਲੋਗ ਦੋ ਤਿੰਨ ਪਲੈਨਡ ਸੀ, ਬਟ ਕਿਸੇ ਕਾਰਨ ਵਸ਼ ਉਹ ਬਣ ਨਹੀਂ ਪਾਏ। ਚਲੋ ਕੋਈ ਨਹੀਂ, ਦੇਰ ਆਏ ਦਰੁਸਤ ਆਏ। ਤਰੀਕ ਹੈਗੀ ਹੈ ਜੀ ਅੱਜ ਦੀ 5 ਅਕਤੂਬਰ, ਅੱਜ ਹੈ ਜੀ ਖੰਨਾ ਰੈਂਟਸ ਬਾਈ। ਠੀਕ ਹੈ, ਟਾਈਮ ਹੋ ਗਿਆ ਕੋਈ 8:30, ਅਸੀਂ ਹੁਣ ਜਾ ਰਹੇ ਹਾਂ ਪਹਿਲੇ ਦਿਵਸ ਵੇਲੇ 'ਤੇ। ਠੀਕ ਹੈ, ਸੰਗਤਾਂ ਆਪਣੀਆਂ ਥੱਲੇ ਪਹੁੰਚ ਚੁੱਕੀਆਂ, ਧਿਆਨ ਨਾਲ ਸੁਣੋਗੇ ਨਾ ਤੁਹਾਨੂੰ ਥੱਲੇ ਆਵਾਜ਼ ਵੀ ਆਏਗੀ। ਅਤੇ ਅੱਜ ਦਾ ਜਿਹੜਾ ਵਲੋਗ ਹੈ ਨਾ, ਇਹ ਹੋਣ ਵਾਲਾ ਬਹੁਤ ਹੀ ਜ਼ਿਆਦਾ ਖਾਸ। ਖੰਨਾ ਰੈਂਟਸ ਬਾਈ ਤਾਂ ਹੈਗੀ ਹੈਗੀ ਹੈ, ਅਤੇ ਅੱਜ ਜਿਹੜੀ ਖਾਸ ਚੀਜ਼ ਹੈ ਨਾ ਜੀ, ਉਹ ਇਹ ਹੈ ਜੀ, ਅੱਜ ਬ੍ਰੈਡ ਨੂੰ ਮਿਲਣ ਵਾਲੀ ਹੈ ਬੀਨ। ਤੁਸੀਂ ਸਮਝੇ ਨਹੀਂ ਨਾ, ਮੈਂ ਤੁਹਾਨੂੰ ਸਮਝਾਉਂਦਾ। ਅੱਜ ਸਾਡੇ ਪਿਆਰੇ ਵੀਰ ਮਨਪ੍ਰੀਤ ਸਿੰਘ, ਉਹਦੀ ਨਾਲ ਅਰਦਾਸ ਸਮਾਗਮ ਵੀ ਹੈ। ਠੀਕ ਹੈ ਜੀ, ਸਾਰੇ ਜਣੇ ਵਲੋਗ ਨਾਲ ਐਂਡ ਤੱਕ ਜੁੜੇ ਰਹੋ, ਅਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਜਣੇ ਸਬਸਕ੍ਰਾਈਬ ਕਰ ਲਓ। ਤੁਹਾਨੂੰ ਨਾਲ ਨਾਲ ਸਾਰੀ ਅਪਡੇਟ ਦਿੰਦੇ ਰਹਾਂਗੇ, ਦੇਸ਼ਾਂ ਵਿਦੇਸ਼ਾਂ ਤੋਂ ਕੀਰਤਨੀ ਜਿੱਥੇ ਪਹੁੰਚੇ ਹੋਏ ਆ। ਮੈਂ ਕਿਹਾ ਜੀ ਕੱਲ੍ਹ ਰਾਤੀ ਵੀ ਸਮਾਗਮ ਸੀ, ਬਹੁਤ ਐਂਡ ਮਾਹੌਲ ਸੀਗਾ। ਠੀਕ ਹੈ, ਹੁਣ ਬਹੁਤਾ ਟਾਈਮ ਨਾ ਲਾਉਂਦੇ, ਇਸ ਤੋਂ ਪਹਿਲਾਂ ਹੀ ਥੱਲੇ ਵਾਜ ਪਏ, ਲੈਟਸ ਗੋ। ਸਾਰੇ ਜਣੇ ਵਲੋਗ ਨਾਲ ਐਂਡ ਤੱਕ ਜੁੜੇ ਰਹੋ, ਅਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਜਣੇ ਯਾਦ ਨਾਲ ਸਬਸਕ੍ਰਾਈਬ ਕਰ ਲਿਓ। ਮਹਾਰਾਜ ਮਿਹਰ ਕਰਨ, ਆਓ ਚੱਲੀਏ। ਸੰਗਤਾਂ ਆਪਣੀਆਂ ਪਹੁੰਚ ਚੁੱਕੀਆਂ ਨੇ, ਮਹਾਰਾਜ ਫਤਿਹ ਬੁਲਾ ਦਿਓ ਇੱਕ ਵਾਰੀ ਸਾਰਿਆਂ ਨੂੰ। ਤੂੰ ਪਾਣੀ ਪੀ ਕੇ ਬੁਲਾਣੀ, ਕੋਈ ਗੱਲ ਨਹੀਂ, ਪਾਣੀ ਨੱਕ ਖਾਣੀ ਬਾਹਰ ਨਾ ਹਜੇ। ਚੱਲੀਏ ਮਹਾਰਾਜ, ਹੋਰ ਕੁਛ ਆਵੇ ਹਰਨੂਰ ਭਾਜੀ, ਚੱਲੀਏ। 20 ਕਿਲੋਮੀਟਰ ਰਹਿ ਗਿਆ ਜੀ ਖੰਨਾ। ਠੀਕ ਹੈ, ਕੀਰਤਨ ਔਨਲਾਈਨ ਚੱਲ ਰਿਹਾ। ਠੀਕ ਹੈ, ਫਿਰ ਸੰਗਤੋਂ ਕਿੱਦਾਂ ਫਿਰ? ਓਕੇ, ਸੈੱਟ ਹੈ ਤਿਆਰ? ਬੰਦੇ ਕਹਿੰਦੇ ਭੁੱਖ ਲੱਗ ਗਈ ਹੈ, ਪਹਿਲੇ ਸਾਨੂੰ ਲੰਗਰ ਛਕਾਓ, ਫਿਰ ਉਸ ਤੋਂ ਬਾਅਦ ਅਸੀਂ ਦੇਖਾਂਗੇ। ਛੁੱਟੀਆਂ ਲੈ ਕੇ ਆਏ ਜੀ ਮੁੰਡੇ, ਬੜੀ ਮਿਹਨਤ ਕਰਕੇ ਪਹੁੰਚੇ ਆ ਖੰਨਾ ਸਮਾਗਮ ਤੇ। ਹਰਨੂਰ ਕਿੱਦਾਂ ਫਿਰ? ਦਿਵਸ ਵੇਲੇ ਵੇਲੇ ਗੁਰੂ ਘਰ ਅਸੀਂ ਪਹੁੰਚ ਚੁੱਕੇ ਹਾਂ ਜੀ, ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਪਿਸ਼ੌਰੀ ਬਰਾਦਰੀ। ਜੈ ਪਿਸ਼ੌਰੀ ਤੁਹਾਡੀ, ਇੱਥੇ ਬਹੁਤ ਗੱਲਬਾਤ ਹੈ ਯਾਰ, ਮਤਲਬ ਪਿਸ਼ੌਰੀ ਪਿਸ਼ੌਰੀ ਹੋਈ ਪਈ, ਜਲੰਧਰ ਹੋਵੇ ਖੰਨਾ ਹੋਵੇ, ਇਹ ਗੁਰੂ ਘਰ ਹੈ ਜੀ। ਚਲੋ ਅੰਦਰ ਚੱਲੀਏ, ਹੁਣ ਦਰਸ਼ਨ ਕਰੀਏ। ਆਪਣੇ ਪਾਲਾ ਰੱਖੋ।
ਭਾਈ ਰਣਜੀਤ ਸਿੰਘ, ਸਚੀ ਅੰਤਰਦੀਪ ਪਾਠ, ਸ੍ਰੀ ਗੁਰਚਰਨ ਸਿੰਘ, ਇਹਨਾਂ ਦੇ ਸੰਯੋਗ ਹੁੰਦਿਆਂ ਅੱਜ ਮੰਗਣੀ ਦੀ ਅਰਦਾਸ ਹੈ। ਸਤਿਗੁਰੂ ਜੀ ਆਪ ਜੀ ਮਸਤੂਰ ਸਿੰਘ ਦੀ ਅਰਦਾਸ ਪ੍ਰਵਾਨ ਕਰਦੇ ਹੋਏ ਬੱਚਿਆਂ ਨੂੰ ਅਸੀਸ ਬਖਸ਼ਿਸ਼ ਕਰਨੀ। ਇਹ ਬੱਚੇ ਗੁਰਮਤਿ ਗਾਡੀ ਰਾਹ ਤੇ ਚੱਲਦੇ ਹੋਏ ਬ੍ਰਿਧ ਜੀਵਨ ਚੁੱਕਦੇ ਸਮੇਂ ਪ੍ਰਵੇਸ਼ ਕਰਨ। ਮੈਨ ਐਂਡ ਵੂਮੈਨ ਆਫ ਦਾ ਆਰ, ਸ਼ਗਨ ਤੇ ਸ਼ਗਨ ਮਿਲ ਰਿਹਾ ਭਾਈ। ਇਹ ਲਾਲੀ ਕਾਹਦੀ ਹੈ ਭਾਈ, ਰੋਕੇ ਦੀ ਹੈ ਕਿ ਸ਼ਗਨ ਮਿਲਣ ਦੀ? ਮੈਨੂੰ ਸਮਝ ਨਹੀਂ ਲੱਗ ਰਹੀ ਹਾਲ ਤੱਕ। ਓਏ ਹੋਏ ਲਾਲੀਆਂ, ਕਿਆ ਹੀ ਬਾਤ ਹੈ। ਦੱਸੋ ਭਾਈ ਕਾਹਦੀ ਲਾਲੀ, ਸ਼ਗਨ ਮਿਲਣ ਦੀ ਹੈ ਕਿ ਰੋਕੇ ਦੀ ਹੈ? ਇਸ ਗੱਲ ਦਾ ਜਵਾਬ ਕੌਣ ਦੇਵੇਗਾ ਭਾਜੀ? ਇਹੀ ਦੇ ਸਕਦੇ। ਚਲੋ ਵਧੀਆ ਵਧੀਆ। ਇਹ ਦੇਖੋ ਜੀ, ਕਨੇਡਾ ਦੀ ਆਣ ਬਾਣ ਸ਼ਾਨ, ਜਿਹੜੀ ਹੁਣ ਕਨੇਡਾ ਛੱਡ ਕੇ ਅੰਬਾਲੇ ਦੀ ਧਰਤੀ ਨੂੰ ਰੋਸ਼ਨਾ ਰਹੀ ਹੈ, ਕਿੱਦਾਂ ਦਾ ਫੀਲ ਹੋ ਰਿਹਾ ਤੈਨੂੰ? ਬਸ ਇੰਨੇ ਕੀ ਕਹਿੰਦੀ, ਮੇਰੀ ਇੰਟਰੋਡਕਸ਼ਨ ਦਿਓ। ਹਾਂ ਹੁਣ ਕੀ ਬਸ ਹੋ ਗਈ 11 ਸਕਿੰਟਾਂ ਦੀ? ਬਸ ਹੋ ਗਈ। ਜਾ ਯਾਰ ਜਸਨੀਤ ਕੌਰ, ਮੇਨ ਕੰਮ ਤੇ ਆ ਹੋ ਰਿਹਾ। ਹੁਣ ਹੱਸਿਆ, ਹੁਣ ਹੱਸਿਆ। ਸਭ ਤੋਂ ਪਹਿਲੇ ਤੁਹਾਨੂੰ ਦੋਨਾਂ ਜਾਣਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ। ਕਿਆ ਬਾਤ ਹੈ, ਭਾਗਾਂ ਵਾਲਾ ਦਿਨ ਚੜਿਆ। ਮੂੰਹ ਤੇ ਲਾਲੀਆਂ ਚੈੱਕ ਕਰੋ, ਇਹ ਲਾਲੀਆਂ ਕਾਹਦੀਆਂ ਨੇ? ਸ਼ਗਨ ਦੀਆਂ ਨੇ ਕਿ ਰੋਕੇ ਦੀਆਂ ਨੇ? ਤੇਰੀ ਥਾਲੀ ਵੇਖ ਕੇ ਨਾ ਮੈਨੂੰ ਲੱਗਦਾ ਤੇਰੇ ਢਿੱਡ 'ਚ ਇੰਨੀ ਜਗ੍ਹਾ ਹੈਗੀ ਆ। ਇੱਕ ਚੀਜ਼ ਵੀ ਨਹੀਂ ਮੁੱਕੀ ਹਾਲੇ ਤੱਕ, ਨਾ ਪਨੀਰ, ਨਾ ਚਾਵਲ। ਅੱਛਾ ਇੱਧਰ ਆਉਣਾ ਹੋ, ਇੱਧਰ ਮਕਾਲਾ ਮਕਾਲਾ, ਨਹੀਂ ਤਾਂ ਦੇ ਮੰਮੀ, ਮੰਮੀ ਤੇ ਵਿਹਲੀ ਹੋਵੇ, ਇੱਕ ਜਣਾ ਤੇ ਵਿਹਲਾ ਹੋਵੇ। ਦੇਖੋ ਜੀ, ਦਿਵਸ ਵੇਲੇ ਦੀ ਸਮਾਪਤੀ ਹੋ ਗਈ ਹੈ, ਸੰਗਤਾਂ ਹੁਣ ਜਾ ਰਹੀਆਂ ਨੇ ਆਰਾਮ ਕਰਨ, ਠੀਕ ਹੈ? ਮੰਮਾ ਆਲਰੇਡੀ ਜਾ ਚੁੱਕਿਆ, ਫਿਰ ਆਪਾਂ ਸ਼ਾਮੀ ਮਿਲਾਂਗੇ। ਅੱਛਾ ਆਹ ਵਾਲਾ ਘਰ। ਅੱਛਾ ਹੁਣ ਮੈਂ ਜਿਹੜੀ ਚੀਜ਼ ਬੋਲੀ ਪਿਛੋਰੀ 'ਚ ਬੋਲ ਕੇ ਦਿਖਾ। ਦਿਵਸ ਵੇਲੇ ਸਮਾਪਤੀ ਸੀਗੀ ਹੈ, ਅਸੀਂ ਹੁਣ ਘਰ ਵੇਨੇ ਪਏ ਹਾਂ। ਮੰਮੀ ਅਸੀਂ ਨਹੀਂ ਪਹਿਲਾਂ ਘਰ ਪਹੁੰਚ ਗਈ ਹੈ, ਅਸੀਂ ਹੁਣ ਘਰ ਵੇਨੇ ਪਏ। ਚਲੋ ਅਸੀਂ ਹੁਣ ਤੁਹਾਨੂੰ ਸ਼ਾਮੀ ਮਿਲਦੇ ਹਾਂ, ਮੈਨੂੰ ਸਮਝ ਨਹੀਂ ਲੱਗਾ। ਟਾਈਮ ਹੋ ਗਿਆ ਜੀ 7:45, ਸੰਗਤਾਂ ਨੇ ਰਵਾਨਗੀ ਕਰ ਲਈ ਹੈ। ਰੈਂਟ ਭਾਈ ਵਾਲ ਬੰਦੇ ਆਪਣੇ ਤਿਆਰ ਆ। ਹਾਂਜੀ ਬਾਬੇ, ਉਹ ਹੋ ਗਈ ਪੇੜ ਪੂਜਾ, ਬੇਲ ਪੂੜੀ ਨਹੀਂ ਮੁੱਕੀ। ਚੱਲ ਕੋਈ ਨਹੀਂ ਕੋਈ ਨਹੀਂ, ਹੁਣ ਅਸੀਂ ਜਾ ਰਹੇ ਹਾਂ ਜੀ ਗੁਰੂ ਘਰ, ਜਿੱਥੇ ਰੈਂਟ ਪਾਈ ਹੈ। ਬੰਦੇ ਆਪਣੇ ਬਾਕੀ ਦੇ ਪਿੱਛੇ ਆ ਰਹੇ, ਨਹੀਂ ਨਹੀਂ ਉਹਨਾਂ ਨੇ ਖਾਣੀ ਜੂਠੀ ਹੈ ਤੇਰੀ, ਖਾ ਤੂੰ। ਆਓ ਹੁਣ ਦੇਖਦੇ ਹਾਂ ਰੈਂਟ ਸਵਾਈ ਦੇ ਕਿੱਦਾਂ ਆਨੰਦ ਬਣਦਾ। ਦਿਵਸ ਵੇਲਾ ਤੇ ਬਹੁਤ ਐਂਡ ਹੋਇਆ, ਮਹਾਰਾਜ ਨੇ ਬਹੁਤ ਕਿਰਪਾ ਕੀਤੀ, ਬਸ ਹੁਣ ਰੈਂਟ ਸਵਾਈ ਵੀ ਮੈਂ ਕਿਹਾ ਇੱਦਾਂ ਹੀ ਹੋਣੀ ਆ। ਚਲੋ ਆਪ ਚੱਲੀਏ। ਕਮਾਲ ਹੋ ਗਿਆ, ਇੱਥੇ ਪੂਰਾ ਖੰਨਾ ਸ਼ਹਿਰ ਬੜਾ ਜਗਮਗ ਕਰ ਰਿਹਾ। ਵੈਰੀ ਗੁੱਡ ਵਰਕ ਮਿਊਂਸੀਪਲ ਕਾਰਪੋਰੇਸ਼ਨ ਖੰਨਾ, ਵੀ ਆਰ ਕੁਆਇਟ ਇੰਪ੍ਰੈਸਡ। ਬਹੁਤ ਸੋਹਣੀ ਲਾਈਟਿੰਗ ਲੱਗ ਰਹੀ ਆ ਪੂਰੇ ਸ਼ਹਿਰ ਦੇ ਵਿੱਚ। ਇਹ ਹੈ ਜੀ ਗੁਰਦੁਆਰਾ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਮਲੇਰਕੋਟਲਾ ਰੋਡ, ਖੰਨਾ। ਇਹ ਗੁਰੂ ਘਰ ਆ ਜਿੱਥੇ ਰੈਂਟ ਸਪਾਈ ਹੁੰਦੀ ਹੈ ਖੰਨੇ ਦੀ। ਥੱਲੇ ਲੰਗਰ ਹਾਲ ਹੈ, ਉੱਪਰ ਮੇਨ ਹਾਲ ਹੈ। ਮੈਨ ਐਂਡ ਵੂਮੈਨ ਆਫ ਦਾ ਆਰ, ਬੀਬੀ ਅੰਤਰਪ੍ਰੀਤ ਕੌਰ ਅਤੇ ਭਾਈ ਮਨਪ੍ਰੀਤ ਸਿੰਘ ਜੀ, ਕਿਆ ਬਾਤ ਹੈ। ਬੀਬੀ ਦੀ ਸੇਵਾ, ਬੀਬੀ ਥੋੜ੍ਹਾ ਜਲਦੀ ਕਰੋ, ਸੰਗਤ ਵੇਟ ਕਰ ਰਹੀ ਹੈ ਤੁਹਾਡਾ ਕੀਰਤਨ ਸੁਣਨ ਨੂੰ, ਜਲਦੀ ਕਰੋ।
ਨਾ 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 ਨਾ
ਜਾਣੇ ਪਕੌੜਿਆਂ ਦੀ ਆਸ 'ਚ ਬਹਿ ਤੇ ਗਏ ਨੇ। ਸਰਪੰਚ ਸਾਹਿਬ ਪਕੌੜੇ ਖਾਣੇ ਕਿੱਦਾਂ ਹੱਥਾਂ 'ਚ ਨਾ ਬਾਟੇ ਆ ਗਿਆ ਆ ਗਿਆ ਆ ਗਿਆ ਚਮਕੀਲਾ ਲੈ ਆ ਬਈ ਆ ਜਾ ਆ ਜਾ ਆ ਜਾ ਇਹਨੂੰ ਦੋ ਦਈਂ ਸਰਪੰਚ ਨੂੰ ਦੋ ਦਈਂ। ਖੰਨੇ ਸਮਾਗਮ ਤੋਂ ਵਾਪਸੀ ਵੱਲ ਨੂੰ ਸੰਗਤਾਂ ਨੇ ਚਾਲੇ ਪਾ ਲਿਆ। ਟਾਈਮ ਹੋ ਗਿਆ ਕੋਈ ਅਪਰੋਕਸੀਮੇਟਲੀ 4 ਵੱਜ ਚੁੱਕੇ ਨੇ, ਠੀਕ ਹੈ। ਅਤੇ ਖੰਨੇ ਸਮਾਗਮ ਦੀ ਹਰ ਸਾਲ ਦੀ ਰੀਤ, ਜਿੱਦਾਂ ਕਿ ਬਾਰਿਸ਼ ਹੁੰਦੀ ਹੈ, ਮੌਸਮ ਹੁਣ ਵੀ ਬਾਰਿਸ਼ ਵਾਲਾ ਬਣ ਚੁੱਕਾ ਆ। ਦੇਖੋ ਪੈਂਦੀ ਹੈ ਕਿ ਨਹੀਂ ਪੈਂਦੀ, ਹਵਾ ਬਹੁਤ ਠੰਡੀ ਹੋ ਗਈ ਆ। ਚਲੋ ਵੀ ਸੰਗਤੋਂ ਚਲੀਏ ਵਾਪਸ ਹੁਣ। ਬੱਚੇ ਕਹਿੰਦੇ ਲਿਮਕਾ ਮੀਣੀ ਜੀ ਭਾਈ ਸਿਰ ਘੁੰਮਦਾ ਪਿਆ, ਜ਼ੋਰ ਲਾ ਲਾ ਕੇ ਸਿਰ ਘੁੰਮਣਾ ਸ਼ੁਰੂ ਹੋ ਗਿਆ। ਬੈਠੋ ਬੈਠੋ, ਦਵਾ ਦਵਾ ਬੈਠੋ ਕਾਕਾ, ਦੁਕਾਨ 'ਤੇ ਵੀ ਜਾਣਾ ਸਵੇਰੇ। ਵੈਲਕਮ ਟੂ ਜਲੰਧਰ ਹੋ ਗਿਆ ਜੀ। ਇੰਨੇ ਜ਼ਿਆਦਾ ਹੈਕਟਿਕ ਡੇ ਤੋਂ ਬਾਅਦ ਆਪਣੇ ਸ਼ਹਿਰ ਆਉਣ ਦਾ ਜਿਹੜਾ ਸਕੂਨ ਹੈ ਨਾ, ਉਹ ਵੱਖਰਾ ਹੀ ਹੁੰਦਾ। ਹੁਣ ਬਸ ਦਵਾ ਦਵਾ ਘਰ ਪਹੁੰਚੀਏ ਅਤੇ ਥੋੜ੍ਹਾ ਜਿਹਾ ਆਰਾਮ ਕਰੇ। ਮੁੜ ਕੇ ਵੀਰ ਜੀ ਕੰਮਾਂ ਕਾਰਾਂ 'ਤੇ ਵੀ ਜਾਣਾ ਨਾ, ਉਹ ਵੀ ਬਹੁਤ ਜ਼ਰੂਰੀ ਹੈ। ਚਲੋ ਚਲੀਏ ਫਟਾਫਟ ਪਹੁੰਚੀਏ ਘਰ ਹੁਣ। ਆਓ ਆਓ ਸੰਗਤੋ ਆਓ, ਟਾਈਮ ਹੋ ਗਿਆ ਜੀ ਆਲਮੋਸਟ 6 ਵੱਜ ਗਏ ਆ। ਸ਼ਹਿਰ ਅਸੀਂ ਆਪਣੇ ਪਹੁੰਚ ਚੁੱਕੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਆਪਣੇ ਆਪਣੇ ਵਾਹਨ ਸਟਾਰਟ ਕਰਕੇ ਅਤੇ ਆਪਣੇ ਆਪਣੇ ਘਰਾਂ ਵੱਲ ਨੂੰ ਚੱਲ ਰਹੀਆਂ ਨੇ। ਧਿਆਨ ਨਾਲ ਵੀਰ ਜੀ, ਧਿਆਨ ਨਾਲ, ਤੁਸੀਂ ਹਾਲੇ ਸੰਡੇ ਸਮਾਗਮ 'ਤੇ ਵੀ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਘਰ ਅਸੀਂ ਪਹੁੰਚ ਚੁੱਕੇ ਹਾਂ ਜੀ। ਮੈਂ ਉਮੀਦ ਕਰਦਾ ਤੁਹਾਨੂੰ ਸਭ ਨੂੰ ਇਹ ਵਾਲਾ ਵਲੋਗ ਪਸੰਦ ਆਇਆ ਹੈਗਾ, ਠੀਕ ਹੈ ਜੀ। ਮਨਪ੍ਰੀਤ ਅਤੇ ਅੰਤਰ ਨੂੰ ਦੁਬਾਰਾ ਤੋਂ ਉਹਨਾਂ ਦੀ ਨਵੀਂ ਜ਼ਿੰਦਗੀ ਦੇ ਇਸ ਫੇਸ ਵਾਸਤੇ ਬਹੁਤ ਬਹੁਤ ਮੁਬਾਰਕਾਂ। ਮਹਾਰਾਜ ਉਹਨਾਂ ਨੂੰ ਇੱਦਾਂ ਹੀ ਚੜ੍ਹਦੀ ਕਲਾ ਰੱਖਣ। ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਓ। ਇੰਸਟਾਗ੍ਰਾਮ, ਸਨੈਪਚੈਟ ਲਿਖਿਆ ਆ ਰਿਹਾ, ਉੱਥੇ ਜਾ ਕੇ ਛੋਟੇ ਛੋਟੇ ਅਪਡੇਟਸ ਵਾਸਤੇ ਫੋਲੋ ਕਰ ਲਓ। ਜਲਦੀ ਹੀ ਮਿਲਦੇ ਹਾਂ ਇੱਦਾਂ ਹੀ ਕਿਸੇ ਵਲੋਗ ਦੇ ਵਿੱਚ। ਉਦੋਂ ਤੱਕ ਗੁੱਡ ਨਾਈਟ, ਬਾਏ ਬਾਏ, ਸ਼ਾਬਾਸ਼, ਟੇਕ ਕੇਅਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।